ਹਾਂ ਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ। ਜੀ ਅੱਜ ਦੀ ਵੀਡੀਓ ਵਿੱਚ ਆਪਾਂ 5 ਨਗ ਸੇਲ ਲਈ ਲੈ ਕੇ ਆਏ ਜੀ। ਨੀਲੀ ਰਾਵੀ ਝੋਟੀ ਆ ਬਈ, ਤਾਜ਼ੀ ਸੂਈ ਆ। ਇੱਕ ਬੈਡ ਬਈ ਆ ਵੀ ਤਾਜ਼ੀ ਸੂਈ ਆ, ਨਾਲ ਦੀ ਬੈਡ ਵੀ ਬਾਈ ਦੱਸਦਾ ਵੀ ਥੋੜੇ ਦਿਨ ਹੀ ਹੋਏ ਆ ਸੂਈ ਨੂੰ। ਤੇ ਜਿਹੜੀ ਵੀਡੀਓ ਆ ਜਿਹੜੀ ਸਾਰੀ ਬਾਈ ਕੋਲੇ ਪ੍ਰੋਪਰ ਹੈਗੀ ਆ ਬਈ। ਆਹ ਬੈਡ ਤੋਕੜ ਆ, ਪਹਿਲੇ ਨੰਬਰ ਦੇ ਤੋਕੜ ਗੱਬਣਾ ਬਈ। ਆਓ ਪੁੱਛ ਲੈਣੇ ਬਾਈ ਤੁਹਾਡੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ? ਹਾਂਜੀ ਬਾਈ, ਵਧੀਆ ਜੀ। ਨਾਮ ਤੇ ਐਡਰੈਸ ਬੋਲ। ਨਾਮ ਸੰਦੀਪ ਸਿੰਘ, ਪਿੰਡ ਕੁੱਸਾ, ਜ਼ਿਲ੍ਹਾ ਮੋਗਾ, ਤਹਿਸੀਲ ਨਿਹਾਲ ਸਿੰਘ ਵਾਲਾ। ਨੇੜੇ ਪਿੰਡ ਬਾਈ? ਨੇੜੇ ਪਿੰਡ ਬਾਈ, ਬਾਉਡੇ ਨੰਗਲ ਨਿਹਾਲ ਸਿੰਘ ਵਾਲਾ, ਬਦਨੀ ਕਲਾਂ ਕੋਲ ਹੀ ਰਹਿ ਜਾਂਦੇ। ਮੋਬਾਈਲ ਨੰਬਰ ਬੋਲ। 8696-7760। ਠੀਕ ਹੈ ਬਾਈ। ਬਾਈ ਜਿਹੜੀ ਪਹਿਲੇ ਨੰਬਰ ਦੇ ਬੈਡ ਦੇ ਨੇ, ਕਿਹੜਾ ਸੂ ਸੂਈ ਵੀ ਆ? ਇਹ ਪਹਿਲਣ ਸੂਈ ਵੀ ਹੈ ਜੀ। ਪਹਿਲਣ ਸੂਈ ਵੀ ਆ। ਦੂਜੇ ਵਾਸਤੇ ਗੱਬਣਾ? ਦੂਜੇ ਵਾਸਤੇ ਗੱਬਣਾ ਜੀ। ਕਿੰਨੇ ਟਾਈਮ ਦੀ ਗੱਬਣਾ? 4 ਮਹੀਨਿਆਂ ਦੀ ਚੈੱਕ ਪਾਸ ਆ ਜੀ, ਆਪਾਂ ਕਰਾ ਕੇ ਲਿਆਂਦੀਏ, ਕੋਈ ਅਗਲਾ ਕਰਾ ਕੇ ਲੈ ਜੀ। ਠੀਕ ਹੈ ਬਾਈ। ਦੁੱਧ ਕਿੰਨਾ ਹੋਣਾ? ਦੁੱਧ ਹੁਣ ਜਮਾਂ ਨੈੱਟ ਸਹੀ 10-11 ਕਿਲੋ। ਠੀਕ ਹੈ ਬਾਈ, ਖੋਲੀ ਬਾਈ ਤੋਰ ਕੇ। ਬਾਕੀ ਦੰਦੋਂ ਵੀ ਅਜੇ 2 ਦੰਦ ਹੀ ਆ, ਪਹਿਲਾਂ ਨਹੀਂ ਆ ਜੀ। ਓਕੇ, 2 ਦੰਦ ਆ ਬਾਈ, ਚੰਗੀ ਆ ਬੈਡ। ਸਨਕੀ ਆ, ਜਰਸੀ ਆ ਨਾ? ਜਰਸੀ ਆ ਬਈ, ਪਿਓਰ ਪੰਜਾਬ ਵਾਲੀ ਜਰਸੀ ਆ। ਪਿਓਰ ਪੰਜਾਬ ਵਾਲੀ ਜਰਸੀ, ਬੱਚਾ ਹੀ ਆ। ਕਿਹਨਾਂ ਡਰਦੀ ਆ ਥੋੜੀ। ਫੇਸ ਬੜਾ ਚੰਗਾ ਬਈ, ਕੱਦ ਵਿੱਢ ਠੀਕ ਆ, ਖਾਣ ਲੇਵਾ ਵੀ ਚੰਗਾ ਗਰਮਾ। ਬਾਕੀ ਠੰਡੀ ਸੀਲ ਬਹੁਤ। ਠੀਕ ਆ ਬਈ, ਠੰਡੀ ਸੀਲ ਪੂਰੀ ਆ ਬਾਈ, ਕਹਿੰਦਾ ਜਿਵੇਂ ਮਰਜ਼ੀ ਚਵਾਈ ਕਰੀ ਚੱਲ, ਖਾਣ ਚੰਗਾ ਲੱਗਿਆ। ਚਵਾਈ ਚੁਈ ਚੰਗੀ ਹੋ? ਹਾਂ ਹਾਂ ਬਈ, 1 ਨੰਬਰ ਆ। ਠੀਕ ਆ ਬਈ, ਤੇ ਕੀ ਮੁੱਲ ਆ ਜਾਇਜ਼? ਜਾਇਜ਼ ਆ 45,000 ਦੀ ਦੇ ਦਾਂਗੇ ਡਾਕਟਰ, ਮਾਨਤਾਨ ਹੋ ਜਾ, ਬਾਕੀ ਦੇਖ ਲੈਣਾ। ਠੀਕ, ਠੰਡੀ ਹੋ ਜਾ, ਮਾਨਤਾਨ ਕਰ ਦਿਆਂਗੇ। ਠੀਕ ਹੈ, 45,000 ਰੁਪਇਆ ਜਰੂਰ ਹੋ ਜਾਊਗਾ। ਠੀਕ ਹੈ ਬਾਈ। ਦੁੱਧ ਕਿੰਨਾ? ਦੁੱਧ 12-13 ਕਿਲੋ ਹੋਊਗਾ ਨੈਟ ਕੰਡੇ। ਠੀਕ ਹੈ ਬਾਈ। ਸੂਆ ਕਿਹੜਾ? ਸੂਆ ਦੂਜਾ ਜੀ। ਦੂਜਾ ਖੋਲਿਓ ਬਾਈ, ਤੋਰਿਓ। ਆਰਡਰ ਨੇੜੇ ਤੋਂ ਚੈੱਕ ਕਰਵਾਉਂਦੇ ਬਾਈ। ਥਾਣ ਬਹੁਤ ਚੰਗਾ, ਕੱਲਾ ਕੱਲਾ ਥਾਣ, ਚਾਰੇ ਥਾਂ ਨਿਕਲਦੇ ਪੂਰੇ ਗੈਪ ਤੇ, ਨਾੜਾ ਨੂੜਾ ਲੇਵੇ ਦੇ ਚੰਗੀਆਂ। ਦੁੱਧ ਵੀ ਬਾਈ ਨੇ ਚੰਗਾ ਦੱਸਿਆ, ਉਹਨਾਂ ਦੇ ਬੰਦਿਆਂ ਦੀ ਸੇਵਾ ਹੈਣੀ ਸੀ। ਦੁੱਧ 8 ਕਿਲੋ ਸੀ ਆਪਣੇ ਕੋਲ, ਆ ਕੇ 12-13 ਕਿਲੋ ਕਰ। ਠੀਕ ਹੈ ਬਾਈ। ਸੇਵਾ ਦਾ ਥੋੜਾ ਜਿਹਾ ਚੱਕਰ ਸੀਗਾ ਬਾਈ, ਕਹਿੰਦਾ ਦੁੱਧ ਤਾਂ ਹੋਰ ਵੀ ਵਾਧੂ, ਜੇ ਹੋਰ ਵੀ ਵਾਧੂ ਆਪਣੇ ਕੋਲ। ਤੀਜਾ ਦਿਨ ਹੀ ਆਈ ਨੂੰ, 3 ਦਿਨਾਂ 'ਚ 3-4 ਕਿਲੋ ਦੁੱਧ ਵਧ ਗਈ। ਠੀਕ ਹੈ ਬਾਈ, ਤੇ ਕੀ ਮੁੱਲ ਆ ਬਾਈ ਜਾਇਜ਼? ਜਾਇਜ਼ 30,000 ਦੀ ਦੇ ਦਾਂ ਜਿਹੜਾ ਮਾਨਤਾਨ ਹੋ ਜਾ, ਮਾਨਤਾਨ ਹੀ ਕਰਾਂ। ਠੀਕ ਆ, ਚਾਹੇ 35 ਕਰਾਲੇ ਕੋਈ 40 ਕਰਾਲੇ। 30,000 ਰੁਪਇਆ ਮੁੱਲ ਆ ਵੀਰੇ, ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾ। ਆਰਡਰ ਦੇਖੋ ਬਾਈ, ਕੱਲਾ ਕੱਲਾ ਥਾਣ ਪੂਰੀ ਵਿੱਥੀ ਦੇ ਥਾਣਾ ਬਾਈ, ਕੱਦ ਵਿੱਢ ਚੰਗਾ, ਰੰਗ ਰੂਪ ਚੰਗਾ, ਬਾਕੀ ਸੀਲ ਠੰਡੀ ਹੈ ਵੀ, ਜਿੱਧਰ ਦੀ ਮਰਜ਼ੀ ਲੈ, ਜਿਵੇਂ ਮਰਜ਼ੀ ਬਹਿ ਜਾ ਹਨਾ, ਕੋਈ ਚੱਕਰ ਨਹੀਂ, ਕਹਿੰਦੀ ਕੁਛ ਨਹੀਂ। ਨਾ ਨਾ ਕੋਈ ਚੱਕਰ ਹੀ ਨਹੀਂ। ਬਾਕੀ ਵੱਡੀ ਗੱਲ, ਨਾ ਗਰਮੀ ਮੰਨੇ, ਨਾ ਗਰਮੀ, ਹਰ ਸ਼ਹਿਰ ਚ ਆਉਂਦੀ ਆ ਬਾਕੀ, ਹਰ ਸ਼ਹਿਰ ਨਾਲ ਅਟੈਚ ਆ ਨਾ। ਠੀਕ, ਹਰ ਸ਼ਹਿਰ ਨਾਲ। ਅੱਗੇ ਵੀਰੇ 3 ਨੰਬਰ, ਕਿਹੜਾ ਸੂ? ਇਹ ਵੀ ਦੂਜਾ ਸੂ ਆਈ ਆ ਜੀ। ਕਦੋਂ ਸੂਈ ਆ ਬਈ ਇਹ? ਇਹਨੂੰ ਹੋ ਗਏ ਯਾਨੀ ਦੀ 18-20 ਦਿਨ ਹੋ ਗਏ ਸੂਈ ਨੂੰ, ਇਹਦਾ ਬੱਚਾ ਮਰ ਗਿਆ ਜੀ। ਠੀਕ ਹੈ, ਖੜਾਉਣ ਨੂੰ ਤਾਂ ਚਾਹੇ ਬੱਚਾ ਖੜਾ ਵੀ ਦਈਏ ਆਪਣੇ ਕੋਲੇ ਹੀ ਬੈਠਿਆ, ਪਰ ਉਹ ਕੰਮ ਕਰਨਾ ਨੀ ਆਪਾਂ। ਜਿਹੜੀ ਸਾਰਾ ਵੀਡੀਓ ਵੂਡੀਓ ਆਪਣੇ ਬੰਦਿਆਂ ਨੇ ਦਿਖਾਤੀ ਸੀਗੀ, ਬਾਲੀ ਗੱਲ ਮੰਗਾ ਕੇ ਦਿਖਾ ਵੀ ਦੇਵਾਂਗੇ ਆਪਾਂ, ਜੇਰ ਦੀ ਸਾਰੇ ਕਹੇ ਦੀ ਓਕੇ ਆ ਜੀ। ਠੀਕ ਆ, ਦੁੱਧ ਕਿੰਨਾ ਹੁਣ? ਦੁੱਧ ਹੁਣ ਜਿਹੜਾ ਚੋਣ ਵਾਲਾ 17 ਕਿਲੋ ਤਿਆਰ ਹੋਊਗਾ ਕੰਡੇ ਵਾਲਾ ਜਮਾ। ਠੀਕ ਆ, 17 ਕਿਲੋ ਠੰਡੀ ਸੀਲ, ਠੰਡੀ ਸੀਲ ਪੂਰੀ ਆ ਹਨਾ, ਬਹੁਤ ਚੰਗਾ ਯਾਰ, ਬੜਾ ਨਜਾਇਜ਼ ਚੰਗਾ। ਚਵਾਈ ਚਵੂਈ ਦੀ ਤਾਂ ਜਮਾ ਓਕੇ ਆ, ਵੀਡੀਓ ਕਰਕੇ ਜਾਗਦੀ ਆ, ਨਹੀਂ ਤਾਂ ਠੰਡੀ ਸੀਲ ਬਾਹਲੀ, ਇਹਦਾ ਪੈਰ ਹੀ ਨੀ ਜਾਗਦੀ। ਬਾਕੀ ਵੱਡੀ ਬੈਡ ਆ, ਕੋਈ ਛੋਟੀ ਨੀ। ਬੋਲਿਓ ਬਾਈ, ਤੋਰਿਓ। ਮੁੱਲ ਕੀ ਇਹਦਾ ਫਿਰ?
ਮਤਲਬ ਆ ਉਹ ਵੀ ਬੱਚਾ ਹੈ ਨੀ ਕਰਕੇ ਡਾਕਟਰ ਜੇ ਹੁੰਦਾ ਤਾਂ ਫਿਰ ਤਾਂ ਗੱਲ ਹੋਰ ਹੁੰਦੀ। ਮੁੱਲ ਹੁਣ 50 ਕਰਾਲਾ ਜਾਏ 55 45 ਹਜ਼ਾਰ ਦੀ ਬੈਡ ਦੇ ਦਾਂਗੇ। 45 ਹਜ਼ਾਰ ਦੀ ਬੈਡ ਬਾਈ ਕਹਿੰਦਾ ਦੇ ਦਿਆਂਗੇ, ਜੇ ਬੱਚਾ ਹੁੰਦਾ ਤਾਂ ਚੱਲ ਮੁੱਲ ਬਾਈ ਹੋਰ ਹੁੰਦਾ। ਦੁੱਧ ਚਾਹੇ ਬਈ 4 ਡੰਗ ਚੋਲੇ ਵੀ ਆਪਾਂ ਨੂੰ ਕੋਈ ਚੱਕਰ ਨਹੀਂ। ਠੀਕ ਆ ਬਾਈ, ਦੁੱਧ ਬਾਈ ਕਹਿੰਦਾ ਭਾਈ 4 ਡੰਗ ਤਸੱਲੀ ਕਰ ਲਾ, ਬਾਈ ਕਹਿੰਦਾ ਕਹਿਣ ਵਾਲਾ ਨੀ, ਹਾਜ਼ਰ ਆ ਦੁੱਧ ਹਾਜ਼ਰ। ਠੀਕ ਆ ਬਾਈ, ਤੇ ਦਿਖਾਉਂਦੇ ਇਧਰੋਂ ਵੀ ਸਾਈਡ ਤੋਂ ਲੇਵਾ ਲੂਵਾ ਕਰਮਾਈ ਦਾ ਬਹੁਤ ਚੰਗਾ ਦੇ ਸੱਜਣ ਵਾਲਾ ਹੀ ਲੇਵਾ ਹਨਾ, ਜਮਾ ਸੱਜਣ ਵਾਲਾ ਤਾਜ਼ੀ ਬੈਡ ਆ ਜੀ, ਟੋਕੜ ਦਾ ਤਾਂ ਅੱਡੀ ਉਹਦਾ ਹੁਣ ਅੱਡੀ ਪਤਾ ਲੱਗਦਾ ਵੀ ਹਾਂ ਟੋਕੜ ਹੈਗੀ ਆ। ਅੱਗੇ ਭਰਾ 4 ਨੰਬਰ ਕਿਹੜਾ ਸੂਆ ਸੂਈ ਹੈ? ਇਹ ਤੀਜਾ ਸੂਆ ਜੀ ਓਰੀਜਨਲ ਜਮਾ। ਕਦੋਂ ਸੂਈ ਹੈ ਬਾਈ? ਸੂਈ ਨੂੰ ਅੱਜ ਤੀਜਾ ਦਿਨ ਆ ਜਾਣੀ। ਬੱਚਾ ਕੀ ਹੈ ਬਾਈ? ਬੱਚਾ ਬੱਚੀ ਹੈ ਜੀ। ਬੱਚੀ ਚੰਗੀ ਹੈ ਨਾ? ਹਾਂ ਬੱਚੀ ਜਮਾ ਮਾਰ ਗਈ ਹੈ। ਹਾਂ ਮਾਰ ਗਈ ਬੱਚਿਆ। ਠੀਕ ਆ, ਕਿੰਨਾ ਦੁੱਧ ਆ ਹੁਣ? ਹੁਣ ਜਿਹੜਾ ਚੋਣ ਵਾਲਾ ਜਮਾ ਸਹੀ ਨੈਟ 22 ਕਿਲੋ ਹੋਊਗਾ, ਕੋਈ 20 ਮੰਨ ਕੇ ਜਿਵੇਂ ਮਰਜ਼ੀ ਲੈ ਜਾਓ। ਠੀਕ ਆ, ਚਾਹੇ 22 ਮੰਨ ਲੈ ਚਾਹੇ 20 ਮੰਨ ਲੈ, ਠੰਡੀ ਸੀਲ ਦਿਖਾ ਦੋ। ਲੈ ਬਾਈ ਥਣ ਬਹੁਤ ਚੰਗਾ, ਬਾਕੀ ਧਾਰਾਂ ਵੀ ਮਾਰ ਕੇ ਦਿਖਾ ਦਿੰਦੇ ਆ, ਵੀਡੀਓ ਤੋਂ ਜਾਗਦੀ ਆ। ਚੂਣ ਚੰਗਾ ਹਨਾ? ਬੜਾ ਚੰਗਾ ਲੱਗਿਆ, ਚਵਾਈ ਬੜੀ ਚੰਗੀ ਆ। ਲੈ ਕਿਆ ਬਾਤ ਆ, ਚਵਾਈ ਬਹੁਤ ਚੰਗੀ ਆ ਬਾਈ, ਜਿਵੇਂ ਮਰਜ਼ੀ ਧਾਰਾਂ ਮਾਰੀ ਚੱਲ ਕੋਈ ਚੱਕਰ ਹੀ ਨੀ। ਥਣ ਲੇਵਾ ਦੇਖੋ ਕਰਮਾਲੀ ਦਾ, ਕਮਾਲ ਦਾ। ਖੋਲੀ ਬਾਈ ਤੂਰੀ ਮਣੀ, ਕੀ ਮੁੱਲ ਆ ਬਾਈ ਇਹਦਾ? ਮੁੱਲ ਵਾ ਚਾਹੇ ਕੋਈ 70 ਕਰਾਲੇ, 65 ਹਜ਼ਾਰ ਦੀ ਬੈਠ ਦੇ। ਠੀਕ ਆ ਬਾਈ, ਬਾਕੀ ਦੁੱਧ ਅਜੇ ਤੀਜਾ ਦਿਨ ਆ, ਜਿਹੜੇ ਗਰਮੀ ਵਾਲੀ ਵੀ ਆ ਸਿਆਲਾਂ ਵਾਲੀ ਵੀ ਆ, ਨਾ ਬੋਲਾ ਦੁੱਧ 25-26 ਕਿਲੋ ਮੋਏ ਨਾਲ ਹੀ ਦਊ, ਆਪਾਂ ਹੀ ਕਰ ਦਿਆਂਗੇ ਹੋਰ 3-4 ਦਿਨਾਂ ਨੂੰ। ਠੀਕ ਆ, ਚਾਹੇ ਕੋਈ ਚੋਕੇ ਲੈ ਜਾਵੇ ਸਹੀ ਕਰ ਲੇ। ਮੁੱਲ 65,000 ਰੁਪਇਆ ਮਾਨਤਾਨ ਜ਼ਰੂਰ ਹੋ ਜੂ, ਬੱਚਾ ਮਗਰ ਬੱਚੀ ਆ ਬਾਈ, ਚੰਗੀ ਆ ਬੱਚੀ ਵੀ, ਨਾਲ ਹੀ ਤਿਆਰ ਹੋ ਜਾਣਾ 1.5 ਸਾਲ ਨੂੰ। ਥਣ ਲਈ ਵਾ ਕਰਮਾਲੀ ਦਾ ਬਹੁਤ ਚੰਗਾ, ਨਾੜਾ ਨੂੜਾ ਫੁੱਲ ਚੰਗੇ, ਆਰਡਰ ਬੜਾ ਕਮਾਲ ਦਾ, ਪੂਰੀ ਵਿੱਥੀ ਤੇ ਥਣ ਲੱਗਿਆ ਬਾਈ। ਅੱਗੇ ਵੀਰੇ ਮੱਝ ਕਿਹੜਾ ਸੂਆ ਸੂਈ ਹੈ? ਇਹ ਪਹਿਲਣ ਝੋਟੀ ਆ ਜੀ। ਪਹਿਲਣ ਝੋਟੀ ਆ, ਕਦੋਂ ਸੂਈ ਆ ਬਾਈ? ਸੂਈ ਨੂੰ ਅੱਜ ਇਹਨੂੰ ਪਰਸੋਂ ਸੂਈ ਹੈ ਜੀ, ਇਹ ਪਰਸੋਂ ਸੂਈ ਆ। ਠੀਕ ਆ, ਬੱਚਾ ਕੀ ਦੇਤਾ? ਬੱਚਾ ਕੱਟੀ ਆ ਜੀ, ਮਗਰ ਕੱਟੀ ਚੰਗੀ ਆ ਨਾ? ਕੱਟੀ ਬਹੁਤ ਚੰਗੀ ਆ, ਅਜੇ ਆਸ ਨਾੜੂਆ ਨਾਲ ਹੀ ਆ ਜੀ। ਨਾੜੂਆ ਨਾਲ ਹੀ ਆ, ਤੇ ਵੈਸੇ ਨੀਲੀ ਰਾਵੀ ਚ ਪੈਂਦੀ ਆ? ਹਾਂ ਨੀਲੀ ਚ ਪੈਂਦੀ ਆ, ਕੱਟੀ ਮਗਰ ਕਾਲੀ ਆ, ਮੂੰਹੋਂ ਵੀ ਚੋਗੂ ਹੀ ਆ ਜੀ। ਠੀਕ ਆ ਬਾਈ, ਹਾਂਜੀ ਨੀਲੀ ਰਾਵੀ ਚ ਪੈਂਦੀ ਆ, ਬੱਚੇ ਨੀਲੀ ਰਾਵੀ ਦੇ ਬਹੁਤ ਚੰਗੇ ਪਾਊਗੀ। ਕਈ ਵਾਰੀ ਟੀਕੇ ਦਾ ਚੱਕਰ ਪੈ ਜਾਂਦਾ, ਟੀਕਾ ਵਧੀਆ ਭਰਿਆ ਹੋਵੇ ਪੂਰੇ ਚੰਗੇ ਬੱਚੇ ਪਾਊ, ਬਾਕੀ ਮਗਰੋਂ ਮਗਰੋਂ ਦਿਖਾ ਦੋ ਵੀ ਕਿੰਨੀ ਚੌੜੀ ਆ ਝੋਟੀ। ਲੈ ਬਾਕੀ ਐ ਫੈਕਸ ਜਾਂ ਲੇਵਾ ਦਾ ਕੋਈ ਉਹ ਨੀ, ਟੁੱਟ ਮਾਣੀ ਜਦੋਂ ਥਣ ਬਹੁਤ ਚੰਗਾ, ਥਣ ਬਹੁਤ ਨਜਾਇਜ਼ ਚੰਗਾ, ਜਿਵੇਂ ਦੂਜੇ ਸੂਏ ਝੋਟੀਆਂ ਦੇ ਹੁੰਦੇ, ਚਾਹੇ ਦੂਜੇ ਸੂਏ ਕਹਿ ਕੇ ਵੇਚ ਲਾ ਡਾਕਟਰ, ਉਵੇਂ ਵੀ ਬੈਠ ਜੀ। ਸਹੀ ਗੱਲ ਆ, ਗਿਣ ਗਿਣ ਤੇ ਥਣ ਲੱਗਿਆ ਬਾਈ, ਬਾਕੀ ਸਿਆਣੀ ਸਿਉਣੀ ਦਾ ਤਾਂ ਕੋਈ ਅੰਤ ਹੀ ਨੀ, ਇੰਨੀ ਸਿਆਣੀ। ਠੀਕ ਆ ਬਾਈ, ਖੋਲਿਓ ਬਾਈ ਤੋਰਿਓ ਮਾੜੀ ਜੀ, ਕਿੰਨੇ ਕੁ ਬੋਲੇ ਤੇ ਹੁਣ? ਬੋਲਾ ਹੁਣ ਜਿਹੜਾ ਚੋਣ ਵਾਲਾ 7 ਕਿਲੋ ਹੋਊਗਾ, ਜਾਣੀ ਵੀ ਹਾਜ਼ਰ ਪਰਸੋਂ ਵੀ ਸਹੀ ਫਿਰ। ਠੀਕ ਆ ਬਾਈ, ਬਾਕੀ ਥੋੜੀ ਜੀ ਪਹਿਲਾਂ ਕਰਕੇ ਥੋੜੀ ਜੀ ਔਲ ਕਰਦੀ 19-21 ਦੀ, ਵੀ ਬਾਹਲੀ ਨੀ ਆਏ ਉਹ ਜੀ, ਵੀ ਮਾੜੀ ਮੋਟੀ ਕਰਦੀ ਆਪਾਂ 10 ਕੇ ਦੇਵਾਂਗੇ ਜਿਹੜੀ ਗੱਲ ਬਾਈ। ਚੰਗੀ ਆ ਬਾਈ ਝੋਟੀ, ਪਿੱਠ ਪੁੜਾ ਦੇਖੋ, ਥਾਣ ਲੇਵਾ ਬਹੁਤ ਚੰਗਾ, ਫੇਸਬੁੱਕ ਚੰਗਾ, ਨੀਲੀ ਰਾਵੀ ਆ, ਮੰਗ ਬਹੁਤ ਜ਼ਿਆਦਾ ਮਿਲਦੀ, ਬਹੁਤ ਘੱਟ ਹੈਗੀ, ਸੂਈ ਸਵਾਈ ਆ, ਬੱਚਾ ਵੀ ਮਗਰ ਕੱਟੀ ਆ, ਕੱਟੀ ਵੀ ਚੰਗੀ ਆ ਬਾਈ। ਤੇ ਕੀ ਮੁੱਲ ਆ ਜਾਇਜ਼ ਜਾ ਫਿਰ? ਜਾਇਜ਼ ਜਾ ਵਾ ਡਾਕਟਰ 82,000 ਦੀ ਦੇਵਾਂਗੇ। ਠੀਕ ਆ, 82,000 ਰੁਪਇਆ ਮੁੱਲ ਆ, ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ। ਚੰਗੀ ਆ ਝੋਟੀ ਬਾਈ, ਥਣ ਲੇਵਾ ਦੇਖੋ, ਥਣ ਲੇਵਾ ਕਮਾਲ ਦਾ, ਆਰਡਰ ਸੋਹਣਾ ਤਿਆਰ ਕਰਿਆ ਗਰਮਾਲੀ ਨੇ। ਲੈ ਖਾਣ ਦੇਖੋ, ਚਵਾਈ ਚੂਈ ਦਾ ਨੰਬਰ 1 ਹੋ, ਜਮਾ ਨੰਬਰ 1 ਆ ਜੀ। ਠੀਕ ਆ ਬਾਈ।
ਨਾਗਸੀ ਭਰਾ ਕੋਲੇ ਪੰਜ ਪੰਜੀ ਦਿਖਾ ਤੇ ਬਈ, ਝੋਟੀ ਵੀ ਚੰਗੀ ਆ, ਤਾਜ਼ੀ ਸੂਈ ਆ, ਮੁੱਲ ਜਾਇਜ਼ ਆ, ਮਾਨ ਤਾਨ ਜ਼ਰੂਰ ਹੋ ਜਾਊਗਾ। ਆਹ ਬੈਡ ਵੀ ਚੰਗੀ ਆ, ਸੂਈ ਸਵਾਈ ਆ, ਦੁੱਧ ਵੀ ਬਾਈ ਨੇ ਚੰਗਾ ਤਿਆਰ ਦੱਸਿਆ, ਤੇ ਆਹ ਵੀ ਥੋੜੇ ਕੁ ਟਾਈਮ ਦੀ ਸੂਈ ਆ, ਬੈਡ ਵੀ ਚੰਗੀ ਆ, ਟੋਕੜ ਗੱਬਣ ਬੈਡ ਵੀ ਬਾਈ ਬਹੁਤ ਚੰਗੀ ਆ। ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ। ਧੰਨਵਾਦ ਜੀ।